दोस्तों मुड़ हाजिर ना थोड़ी खिदमत दे हूँ। मैं वेख पा रहे हैं कि तुसी मैंने कॉल्स कर रहे हो और जानने की कोशिश करते हैं कि इस मुतलक तुसी की कुछ विचार मेरे नाल साझा करने चाहते हो। सत श्री अकाल जी, तुसी ऑन एयर हो, कितों बोल रहे हो? जी, वाहेगुरु जी का खालसा, वाहेगुरु जी फतेह जी। वाहेगुरु जी का खालसा, वाहेगुरु जी की फतेह जी। जी दास गुरदयाल सिंह अटवाल, काउंसलर बर्मिंगम यूके तों जी। जी गुरदयाल सिंह जी, की कहना चाहोगे? ਤੁਹਾਡੇ ਮੇਰੇ ਤੋਂ ਪਹਿਲਾਂ ਜਿਹੜੇ ਪਹਿਲੇ ਕਾਲਰ ਸੀਗਾ, ਵਿਦ ਡਿਊ ਰਿਸਪੈਕਟ, ਜਾਂ ਤਾਂ ਇਹਨਾਂ ਨੂੰ ਪਤਾ ਕੱਖ ਨਹੀਂ ਜੀ, ਜਾਂ ਤੇ ਭੰਬਲ ਭੂਸੇ ਪਾਉਂਦੇ ਆਰ ਐਸ ਐਸ ਜੀ ਜੀ, ਰਾਸ਼ਟਰ ਰਾਸ਼ਟਰੀ ਸਿੱਖ ਸੰਗਤ ਜੀ, ਜਾਂ ਜੋ ਮਰਜ਼ੀ ਕਹਿ ਲਓ ਜੀ 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 ਜੀ, ਪਰ ਇਹ ਵੀ ਤਾਂ ਹੁਣ ਰਾਸ਼ਟਰ ਕਿਹੜਾ ਆ ਜੀ ਜੀ। ਸਿੱਖ ਪੰਥ ਦਾ ਤਾਂ ਰਾਸ਼ਟਰ ਸੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੇ ਵਿੱਚ ਦਾ ਜਿਹੜਾ ਸਿੱਖ ਰਾਜ ਸੀ ਜੀ ਜੀ ਜੀ। ਹੁਣ ਮੈਂ ਤਾਂ ਥੋੜਾ ਗਾਂਹ ਚੱਲ ਜਾਵਾਂ ਤੇ ਬਹਿਸ ਨਹੀਂ ਪਾਵਾਂਗਾ ਜੀ ਜੀ, ਕਿ ਵੀ ਇਹ ਆਰ ਐਸ ਐਸ ਵਾਲੇ ਉਸ ਰਾਸ਼ਟਰੀ ਸਿੰਘ ਸੰਗਤ ਨੂੰ ਕਹਿ ਰਹੇ, ਜਿੱਥੇ ਅਡਵਾਨੀ ਅਰਗੇ ਆਪਣੀ ਕਹਿ ਰਹੇ ਬੁੱਕ ਦੇ ਵਿੱਚ, ਕਿਤਾਬ ਦੇ ਵਿੱਚ, ਮਾਈ ਲਾਈਫ ਮਾਈ ਕੰਟਰੀ 'ਚ, ਜੀ ਜੀ, ਵੀ ਇਹ ਪਹਿਲਾਂ ਇਹ ਹੋਣਾ ਚਾਹੀਦਾ, ਇਹ 6 ਮਹੀਨੇ ਪਹਿਲਾਂ ਅਟੈਕ ਹੋਣਾ ਚਾਹੁੰਦੇ ਹਰਿਮੰਦਰ ਸਾਹਿਬ 'ਤੇ, ਮੈਂ ਢੁੱਕਵੀਂ ਜਿਹੀ ਗੱਲ ਕਰਾਂਗਾ ਜੀ ਜੀ ਜੀ। ਤੇ ਦੂਸਰੀ ਚੀਜ਼ ਦੇ ਵਿੱਚ ਕੀ ਇਹਨਾਂ ਨੂੰ ਕਦੇ ਨਹੀਂ, ਇਹਨਾਂ ਨੂੰ ਇਹ ਵੀ ਨਹੀਂ ਪਤਾ ਹੈਗਾ ਕਿ ਕੱਲ੍ਹ ਤੱਕ ਦੀ ਮਰਿਆਦਾ ਕੀ ਆ। ਆਪ ਜੀ ਨੇ ਬਹੁਤ ਵਧੀਆ ਸਵਾਲ ਕੀਤਾ ਜੀ, ਵਿੱਚ ਇਹ ਮੁੱਦਾ ਰੱਖਿਆ ਕਿ ਵੀ ਜਿਹੜੀ ਕੱਲ੍ਹ ਤੱਕ ਸਾਹਿਬ ਜਿਹੜਾ ਰਾਜਨੀਤੀ ਤੋਂ ਮੁਕਤ ਹੋਣਾ ਚਾਹੀਦਾ ਜੀ ਜੀ ਜੀ, ਇਸ ਸਿਧਾਂਤ ਆ ਮੀਰੀ ਪੀਰੀ ਦਾ ਜੀ 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 ਜੀ। ਇਹਦੇ ਵਿੱਚ ਰਾਜ ਵੀ ਆ ਤੇ ਰਾਜਨੀਤੀ ਵੀ ਤੇ ਧਰਮ ਵੀ ਆ ਜੀ ਜੀ, ਪਰ ਅੱਜ ਬਦਕਿਸਮਤੀ ਨਾਲ ਕੁਛ ਰਾਜਨੀਤਿਕ ਲੋਕਾਂ ਨੇ, ਮੈਂ ਸਿੱਧਾ ਨਾਂ ਵੀ ਲੈ ਦਿਆਂਗਾ, ਮੈਨੂੰ ਕੋਈ ਦਿੱਕਤ ਨਹੀਂ ਗੀ ਹੈ, ਬਾਦਲ ਕਿਆ ਨੇ, ਇਹਨਾਂ ਨੇ ਸਿਰਫ ਆਪਣੀ ਗੰਦੀ ਸਿਆਸਤ ਲਈ ਅਕਾਲ ਤਖ਼ਤ ਨੂੰ ਸ਼੍ਰੋਮਣੀ ਕਮੇਟੀ ਨੂੰ ਵਰਤਿਆ। ਬਹੁਤ ਵਧੀਆ ਲੱਗਦਾ, ਰਾਜਨੀਤੀ ਜਿਹੜੀ ਹੋਣੀ ਚਾਹੀਦੀ ਉਹ ਧਰਮ ਦਾ ਕੁੰਡਾ ਉੱਤੇ ਹੋਣਾ ਚਾਹੀਦਾ, ਰਾਜਨੀਤੀ ਥੱਲੇ ਹੋਣੀ ਚਾਹੀਦੀ, ਔਰ ਇਹਨਾਂ ਲੋਕਾਂ ਨੇ ਖਰਾਬੀ ਕਰ ਦਿੱਤੀ। ਜਿਹੜਾ ਉਹ ਝੂਠੇ ਸੌਦੇ ਵਾਲਾ ਸੀਗਾ, ਕਰੇ ਤਾਂ ਉਹਨੂੰ ਇਹ ਦਿੰਦੇ ਆ, ਉਹਨੂੰ ਕਹਿੰਦੇ ਉਹਦੇ ਵਿਰੁੱਧ ਕੱਢਦੇ ਆ ਹੁਕਮਨਾਮਾ, ਕਦੇ ਉਹਨੂੰ ਮਾਫ਼ੀ ਦਿੰਦੇ, ਕਦੇ ਕਿਤੇ ਕਰਦੇ ਆ। ਪਰ ਸਰਦਾਰ ਸਾਹਿਬ, ਕਿਉਂਕਿ ਮੈਨੂੰ ਪਤਾ ਤੁਹਾਡਾ ਟਾਈਮ ਕੀਮਤੀ ਆ, ਬਾਉਂਡ ਵਿਦ ਟਾਈਮ, ਤੇ ਕੋਈ ਗੱਲ ਨਹੀਂ ਅਟਵਾਲ ਜੀ, ਗੱਲ ਕੰਪਲੀਟ ਕਰੋ ਤੁਸੀਂ ਆਪਣੀ ਪੂਰੀ ਜੀ। ਥੈਂਕ ਯੂ ਜੀ। ਜਿਹੜੀ ਆਮ ਪ੍ਰਾਊਡ ਆਫ ਯੂ, ਜਿਹੜੀ ਚੀਜ਼ ਆਪਣੇ ਹੁਣ ਇੱਕ ਮੁੱਦਾ ਇਹਦੇ ਵਿੱਚ ਚੱਲਦਾ ਹੈਗਾ ਵੀ ਸਿੱਖਾਂ ਦੀ ਰਾਜਨੀਤੀ ਤੇ ਧਰਮ ਜੀ, ਧਰਮ ਤੇ ਰਾਜਨੀਤੀ ਜਿਹੜੀ ਹੈ ਇਕੱਠੇ ਚੱਲਦੇ ਆ ਜੀ। ਪਰ ਮੈਂ ਇੱਕ ਵਾਰੀ ਫਿਰ ਗਾਂਹ ਜਾਣ ਤੋਂ ਪਹਿਲਾਂ ਕਹਾਂ ਕਿ ਸੱਚੀ ਸੁੱਚੀ ਰਾਜਨੀਤੀ ਹੁਣ ਜਿਹਦੀ, ਮੈਂ ਯੂਕੇ ਦੇ ਵਿੱਚ, ਮੈਂ ਵੀ ਰਾਜਨੀਤਿਕ ਪਾਰਟੀਆਂ 'ਚ ਆ, ਮੈਂ ਆਮ ਇੱਕ ਕਾਉਂਸਲਰ, ਓਕੇ, ਰਾਜਨੀਤੀ ਪਾਰਟੀ ਨੂੰ 1970 ਤੋਂ ਆ। ਪਰ ਮੇਰਾ ਮੈਨੂੰ ਇੱਥੇ ਕਈਆਂ ਨੇ ਕੁਐਸਚਨ ਪੁੱਛਿਆ, ਮੈਂ ਥੋੜ੍ਹਾ ਜਿਹਾ ਕੰਸਟੀਟਿਊਸ਼ਨ 'ਚ ਚਲੇ ਜਾਵਾਂ ਕਿ ਵੀ ਤੂੰ ਇੱਥੇ ਗੱਲ ਖਾਲਿਸਤਾਨ ਦੀ ਵੀ ਕਰਦਾ, ਸਿੱਖ ਕੌਮ ਦੀ ਵੀ ਕਰਦਾ, ਪਰ ਕੰਸਟੀਟਿਊਸ਼ਨ ਦੀ ਕਸਮ ਵੀ ਖਾਂਦਾ, ਕੰਸਟੀਟਿਊਸ਼ਨ ਦੀ ਕਸਮ ਆ ਕਿ ਆਮ ਬਾਉਂਡ ਵਿਦ ਕੰਸਟੀਟਿਊਸ਼ਨ ਆਫ ਦਾ ਕੰਟਰੀ ਔਰ ਕੰਸਟੀਟਿਊਸ਼ਨ ਆਫ ਬਰਮਿੰਗਮ ਸਿਟੀ ਕਾਉਂਸਲ। ਉਹਦੇ ਵਿੱਚ ਉਹ ਕੰਸਟੀਟਿਊਸ਼ਨ ਇਹ ਨਹੀਂ ਕਹਿੰਦਾ ਕਿ ਵੀ ਤੂੰ ਆਪਣੇ ਧਰਮ ਦੀ ਵਿਰੋਧਤਾ ਕਰੇਗਾ, ਤੂੰ ਆਪਣੀ ਕੌਮ ਦੀ ਵਿਰੋਧਤਾ ਕਰੇਗਾ, ਤੂੰ ਆਪਣੀ ਕੌਮ ਦੀ ਆਜ਼ਾਦੀ ਦੀ ਗੱਲ ਨਹੀਂ ਕਰੇਂਗਾ, ਇਹ ਨਹੀਂ ਕਰੇਗਾ। ਮੇਰੇ 'ਤੇ ਕੁਐਸਚਨ ਕੀ ਜੀ, ਜੇ ਮੈਂ ਕੰਸਟੀਟਿਊਸ਼ਨ ਆ ਬਾਉਂਡਡ ਹੈ ਟੂ ਟੂ ਦਿਸ ਕੰਟਰੀ, ਬਟ ਆਲਸੋ ਮੈਂ ਜਿਹੜੀ ਕੌਮ ਦੇ ਵਿੱਚ ਜੰਮਿਆ, ਜੇ ਅਗਰ ਉਹਦੇ ਨਾਲ ਗਲਤ ਗੱਲ ਹੁੰਦੀ ਆ, ਹਾਲਾਂਕਿ ਮੇਰੀ ਫੈਮਿਲੀ ਸਾਰੀ ਇੱਥੇ ਆ ਕਿ ਮੇਰੀ ਆਵਾਜ਼ ਉਠਾਉਣਾ ਮੇਰਾ ਹੱਕ ਬਣਦਾ, ਉਹਦੇ 'ਚ ਫਰੀਡਮ ਆਫ ਸਪੀਚ ਔਰ ਫਰੀਡਮ ਆਫ ਇੰਪ੍ਰੈਸ਼ਨ। ਇੰਡੀਆ ਦਾ ਕੰਸਟੀਟਿਊਸ਼ਨ ਇਹ ਕਹਿ ਰਿਹਾ, ਜਿਹੜੀ ਕਿ ਅੱਜ ਕੱਲ੍ਹ ਕਈ ਦਫ਼ਾ ਗੱਲ ਆ ਜਾਂਦੀ, ਮੈਂ ਥੋੜ੍ਹਾ ਜਿਹਾ ਹੋ ਸਕਦਾ ਤੁਹਾਡੇ ਹਿਸਾਬ ਨਾਲ ਮੈਂ ਆਊਟ ਆਫ ਲਾਈਨ ਜਾਵਾਂ, ਪਰ ਲੈਟ ਮੀ ਕਲੀਅਰ ਮਾਈ ਮਾਇੰਡ। ਜੇਕਰ ਅੱਜ ਕਹਿੰਦੇ ਨਾ ਵੀ ਜੇਕਰ ਸਰਦਾਰ ਸਿਮਰਜੀਤ ਸਿੰਘ ਮਾਨ ਉੱਥੇ ਕੰਸਟੀਟਿਊਸ਼ਨ ਦੇ ਥੱਲੇ ਇਲੈਕਸ਼ਨ ਨਾਲ ਲੜਦੇ ਆ, ਕਰਦੇ, ਠੀਕ ਹੈ, ਕਰ ਲੜਦੇ, ਲੜਨੀ ਚਾਹੀਦੀ। ਕੰਸਟੀਟਿਊਸ਼ਨ ਕਦੇ ਵੀ ਨਹੀਂ ਕਹਿੰਦਾ, ਇੰਡੀਆ ਦਾ ਕੰਸਟੀਟਿਊਸ਼ਨ ਅਲਾਓ ਫਰੀਡਮ ਆਫ ਸਪੀਚ। ਪਿੱਛੇ ਜਿਹੇ ਥੋੜੇ ਸਾਲ ਪਹਿਲਾਂ ਸੁਪਰੀਮ ਕੋਰਟ ਦੀ ਰੂਲਿੰਗ ਆਈ ਆ ਕਿ ਤੁਸੀਂ ਕੰਸਟੀਟਿਊਸ਼ਨਲੀ ਖਾਲਿਸਤਾਨ ਦੀਆਂ ਗੱਲ ਕਰ ਸਕਦੇ, ਫਰੀਡਮ ਦੀ ਗੱਲ ਕਰ ਸਕਦੇ ਆ, ਔਰ ਉਹ ਕੋਈ ਪੀਸਫੁਲੀ, ਐਜ ਲੌਂਗ ਐਜ਼ ਇਟ ਇਜ਼ ਅ ਪੀਸਫੁਲੀ ਨਾਟ ਵਾਇਲੈਂਸ, ਤੇ ਦੈਨ ਯੂ ਕੈਨ, ਦਿਸ ਇਜ਼ ਨਾਟ ਅਗੇਂਸਟ ਦਾ ਲੋ। ਉਹ ਕੰਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਖਾਲਿਸਤਾਨ ਦੀਆਂ ਇਲੈਕਸ਼ਨਾਂ ਨਾਲ ਲੜਦੇ ਆ ਕਿ ਉਹਨਾਂ ਨੂੰ ਕਦੇ ਵੀ ਉਹਨਾਂ ਨੇ ਡਿਨਾਈ ਨਹੀਂ ਕੀਤਾ ਇੰਡੀਆ ਦੇ ਕੰਸਟੀਟਿਊਸ਼ਨ ਨੇ, ਕਿਉਂਕਿ ਇੰਡੀਆ ਦੀ ਗਵਰਨਮੈਂਟ ਨੋ ਦੈਟ ਇਟ ਇਜ਼ ਅੰਡਰ ਦਾ ਕੰਸਟੀਟਿਊਸ਼ਨ। ਦੂਸਰੀ ਗੱਲ, ਕਈ ਦਫ਼ਾ ਮਾਨ ਸਾਹਿਬ ਤੇ ਆ ਜਾਂਦੀ ਜੀ, ਉਹ ਮੰਡ ਸਾਹਿਬ ਤੇ ਮਾਨ ਸਾਹਿਬ ਆਪਣੀ ਕਿਰਪਾਨ ਲੈ ਕੇ ਨਹੀਂ ਪਾਰਲੀਮੈਂਟ 'ਚ ਗਏ, ਮੈਂ ਕਹਾਂਗਾ ਕਿ ਵੀ ਮਾਨ ਸਾਹਿਬ ਤੇ ਮੰਡ ਸਾਹਿਬ ਨੇ ਇਨਕਾਰੀ ਨਹੀਂ ਕੀਤੀ ਸੀ, ਉਹਨਾਂ ਨੂੰ ਰੋਕਿਆ ਗਿਆ ਕਿ ਵੀ ਤੁਸੀਂ ਅੰਡਰ ਦਾ ਕੰਸਟੀਟਿਊਸ਼ਨ, ਅੰਡਰ ਦਾ ਕੰਸਟੀਟਿਊਸ਼ਨ ਦ ਸਿੱਖ ਕੈਨ ਖੈਰੀ ਐਂਡ ਸਿੱਖ ਕੈਨ ਵੀਅਰ ਦਾ ਕਿਰਪਾਨ, ਤੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ। ਜੇ ਨਹੀਂ ਜਾਣ ਦਿੱਤਾ ਤੇ ਉਹ ਕੰਸਟੀਟਿਊਸ਼ਨ ਦੀ ਜਿਹੜੀ ਆਪਾਂ ਨੂੰ ਸਹੁੰ ਚੱਕ ਸਮਾਗਮ ਕਹਿੰਦੇ ਔਥ ਆ, ਉਹ ਨਹੀਂ ਲੈ ਸਕਦੇ ਸੀ, ਔਰ
ਉਹਨਾਂ ਨੇ ਕਨਸਟੀਟਿਊਸ਼ਨ ਨੂੰ ਨਵਕਰਨ ਸਿੰਘ ਜਿਹੜਾ ਸੋਲਿਸਟਰ ਸੀ ਤੇ ਅਮਰ ਸਿੰਘ ਚਾਹਲ ਉਹਨਾਂ ਦੀ ਸਲਾਹ ਦੇ ਨਾਲ ਉਹਨਾਂ ਨੇ ਉਸ ਵੇਲੇ ਦੇ ਜਿਹੜਾ ਸੀਗਾ ਆਪਣਾ ਸਪੀਕਰ ਸੀ ਉਹਨੂੰ ਲੈਟਰ ਲਿਖਿਆ ਕਿ ਵੀ ਸਾਨੂੰ ਹੱਕ ਦਿੱਤਾ ਜਾਵੇ। ਅੱਜ ਉਹਨੇ ਲਿਖਿਆ ਸੀ ਵੀ ਲੀਗਲ ਤੌਰ ਤੇ ਲੈਟ ਮੀ ਚੈੱਕ ਇਟ ਕਮ ਬੈਕ ਟੂ ਯੂ, ਔਰ ਉਹ ਅੱਜ ਤਾਈਂ ਜਵਾਬ ਨਹੀਂ ਮਿਲਿਆ। ਇਸ ਕਰਕੇ ਉਹਨਾਂ ਦੀ ਮੈਂਬਰੀ 5 ਸਾਲ ਤਾਈਂ ਰਹੀ ਸੀ ਨੈਕਸਟ ਇਲੈਕਸ਼ਨ ਤਾਈਂ, ਤੇ ਇਸ ਕਰਕੇ ਦੇਵਾ ਦੇ MP ਉਹਨਾਂ ਨੂੰ ਜੇਕਰ ਉਹਨਾਂ ਦੀ ਪ੍ਰਵੋਕ ਕੀਤੀ ਜਾਂਦੀ, ਖਤਮ ਕੀਤੀ ਜਾਂਦੀ ਮੈਂਬਰਸ਼ਿਪ, ਤੇ ਸਪੀਕਰ ਨੇ ਕਰਕੇ ਬਾਈ ਇਲੈਕਸ਼ਨ ਕਰਾਉਣੀ ਚਾਹੀਦੀ ਸੀ, ਕਿਉਂਕਿ 80 ਦੇ ਅੰਡਰ ਦਾ ਕੰਸਟੀਟਿਊਸ਼ਨ ਉਹਦਾ ਰਾਈਟ ਬਣਦਾ ਸੀ। ਤੇ RSS ਵਾਲੇ ਜਿਹੜੇ ਇਸ ਚੀਜ਼ ਦੇ ਵਿੱਚ ਕਹਿੰਦੇ ਅਸੀਂ ਆਹ ਕਰਦੇ ਹਾਂ, ਅਮਰ ਸ਼ਕੀਏ ਨੱਚ ਕੇ, ਦੈਟਸ ਓਕੇ ਫਾਈਨ ਟੂ ਦੈਮ, ਬਟ ਆਰ ਦੇ ਆਰ ਬਾਉਂਡ ਔਰ ਦੇ ਆਰ ਲੋਇਲ ਟੂ ਸਿੱਖ ਕੌਮ ਔਰ ਦੇ ਆਰ ਲੋਇਲ ਟੂ ਸ੍ਰੀ ਅਕਾਲ ਤਖਤ ਸਾਹਿਬ। ਉਹ ਹੀ ਬੰਦੇ ਜਿਹਨਾਂ ਨੇ ਅਕਾਲ ਤਖਤ ਸਾਹਿਬ ਢਾਇਆ, ਜਿਹਦੇ ਵਿੱਚ BJP ਵਾਲੇ ਸਪੋਰਟ ਕਰ ਰਹੇ ਆ, ਕੀ ਅੱਜ ਇਹ ਕਰ ਰਹੇ ਆ, ਕੀ ਇਹ ਪੰਥਰੀ ਪਿੱਠ ਦੇ ਵਿੱਚ ਇਹਨਾਂ ਦਾ ਸ਼ੁਰਾ ਨਿਗਾਹ ਹੈ ਵੱਜਦਾ। ਅੱਜ ਸਿੱਖ ਕੌਮ ਰੁਲਦੀ ਫਿਰਦੀ ਆ, ਤੁਸੀਂ ਦੱਸੋ ਸਿੱਖਾਂ ਦੀਆਂ ਪੱਗਾਂ ਲਈਆਂ, ਸਿੱਖਾਂ ਨੂੰ ਵਿਦੇਸ਼ਾਂ ਦੇ ਵਿੱਚ ਤਾਂ ਇੱਜ਼ਤ ਮਾਣ ਮਿਲਦਾ ਆ, ਤੁਹਾਨੂੰ ਉੱਥੇ ਤੁਹਾਡੇ ਆਪਣੇ ਘਰ ਪੰਜਾਬ ਦੇ ਵਿੱਚ ਨਹੀਂ ਮਿਲਦਾ ਹੈਗਾ। ਮੈਂ ਲੰਬਾ ਨਾ ਜਾਵਾਂ, ਮੈਂ ਇਹਨਾਂ ਨੇ BJP ਵਾਲਿਆਂ ਕਹਿੰਦੇ ਜਾਂ ਤਾਂ ਉਹਨਾਂ ਦੇ ਝੋਲੀ ਚੁੱਕ BJP ਦੇ ਬਣੇ ਰਹੋ ਤਾਂ ਫਿਰ ਸਿੱਖਾਂ 'ਚ ਨਾ ਪਾਵੋ, ਤਾਂ ਜਾਂ ਸਿੱਖ ਬਣ ਵਿਚਾਲੇ ਵਿਚਾਲੇ ਨਾ ਫਿਰੋ, ਘਰ ਦੇ ਨਾ ਘਾਟ ਦੇ, ਪੰਜਾਬ ਦੀ ਕਹਾਵਤ ਏਦਾਂ ਨਾ ਬਣੋ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਜੀ ਬਹੁਤ ਬਹੁਤ ਧੰਨਵਾਦ ਜੀ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ, ਕਿੱਥੋਂ ਬੋਲ ਰਹੇ ਹੋ? ਸਿੱਖਾਂ ਦੀ ਇੱਕੋ ਪਾਰਟੀ, ਅਸੀਂ ਚੰਗੇ ਸਿੱਖ, ਕਿਰਪਾਨਾ ਉਹਨਾਂ ਦੇ ਪਾਈਆਂ, 80% ਬੰਦੇ ਝੂਠੇ ਹੈ, ਕਿਰਪਾਨਾ ਪਾ ਕੇ ਝੂਠ ਬੋਲ ਰਹੇ ਜਾਂ ਮਾੜੇ ਕੰਮ ਕਰਨੇ, ਮੈਂ ਕਹਿੰਦਾ ਇਦੋਂ ਵੱਡਾ ਪਾਪ ਕੋਈ ਨੀ। ਨੰਬਰ 1, ਨੰਬਰ 2, ਦੇ ਹੈਵ ਬੀਨ ਟ੍ਰਾਇੰਗ ਟੂ ਹੋਲਡ ਔਨ SDP, ਜਿਹੜੀ ਪੋਲੀਟਿਕਸ ਆ, ਉਹ ਸਾਰੇ ਹੀ, ਮੈਂ ਤਾਂ ਕਹਿੰਦਾ ਪਹਾੜੇ ਦੇ ਬੰਦੇ ਆ, ਉਹ ਸਾਰਿਆਂ ਨੂੰ ਜਿੱਦਾਂ ਮਰਜ਼ੀ ਉਹ ਬਾਦਲ ਉਹਨੇ ਘੁਮਾਈ ਫਿਰਦੇ ਆ, ਪਰ ਉਹ ਸਮਾਂ ਦੂਰ ਨਹੀਂ ਹੋਣਾ। ਫਾਰ ਐਗਜ਼ਾਮਪਲ ਸਰਬੱਤ ਖਾਲਸਾ ਦੇਖੋ, ਇਹਨਾਂ ਨੇ ਜਦੋਂ ਅਕਾਲੀਆਂ ਦਾ ਰਾਜ ਸੀ, ਸਰਬੱਤ ਖਾਲਸੇ ਨੂੰ ਇਹਨਾਂ ਨੇ ਲੱਗਣ ਦਾ ਪੈਰਾਂ ਨਾ ਮੀਟਿੰਗ ਨਹੀਂ ਹੋਣ ਦਿੰਦੇ ਸੀ, ਵਿਚਾਰਿਆਂ ਨੇ ਕੈਰਾਵਨ ਦੇ ਵਿੱਚ ਮੀਟਿੰਗ ਕੀਤੀ। ਅੱਛਾ, ਹੁਣ ਉਹ ਬਗਰਾੜੀ ਵਾਲੇ ਹੈ, ਬਗਰਾੜੀ ਵਾਲੇ ਦੇਖੋ ਕਿੰਨੀ ਹਿਪੋਕ੍ਰੇਸੀ ਨੇ, ਇਹਨਾਂ ਨੂੰ ਪਤਾ ਇਹਨਾਂ ਨੇ ਮਰਵਾਇਆ ਉਹ ਬੰਦੇ, ਇਹ ਉਹ ਵਿਚਾਰਾ ਤਾਂ ਯਾਦ ਹੀ, ਭਾਈ ਸਾਹਿਬ ਉਹਨਾਂ ਦਾਦੂ ਵਾਲਾ ਸ਼ਾਇਦ, ਮੈਨੂੰ ਯਾਦ, ਮਾਫ ਕਰਨਾ ਮੈਂ ਬਹੁਤਾ ਨਹੀਂ ਇਸ ਗੱਲ ਦੇ ਨੌਲੇਜ ਰੱਖਦਾ, ਉੱਥੇ ਹੁਣ ਤੱਕ ਇਹਨਾਂ ਨੇ ਕੋਈ ਕਿਸੇ ਨੇ ਕੋਈ ਹਾਦਾ ਨਾਰਾ ਨਹੀਂ ਮਾਰਿਆ, ਕਿਉਂਕਿ ਇਹ ਕਹਿੰਦੇ ਆ ਵੀ ਜੇ ਅਸੀਂ ਸਾਡੀ ਪੈਰਲਲ ਹੋਰ ਕੋਈ ਗੁਰਸਿੱਖ ਮਤਲਬ ਜਥਾ ਬਣ ਗਿਆ ਤੇ SDPC ਮਰ ਗਈ, ਦੇ ਡੋਂਟ ਵਾਂਟ, ਉਹ ਹੰਕਾਰ ਦੇ ਵਿੱਚ ਹੀ ਕਿਸੇ ਨੂੰ ਸਿੱਖਾਂ ਨੂੰ ਮੈਂ ਸ਼ੈਂਕਤਾ ਫਲਾਨਾ ਕਰਦਾ, ਸਿੱਖ ਕਿਉਂ ਮੈਨੂੰ ਸਿੱਖੋ ਜੋ ਕਰਦੇ, ਕੋਈ ਮੇਰੀ ਲੱਤ ਤੋੜ ਲਓਗੇ, ਮੈਂ ਤਾਂ ਸਿੱਖ ਹੀ ਰਹਿਣਾ, ਮੇਰਾ ਦਿਮਾਗ ਸਿੱਖ ਹੈ, ਮੇਰੀ ਸੋਚ ਸਿੱਖ ਹੈ, ਵੈਦਰ ਮੈਂ ਅਣ ਗੁਰਸਿੱਖ ਆ, ਦੂਜਾ ਸਿਰਮੁੰਨੇ ਵਾਲਾ ਸਿੱਖ, ਇਟਸ ਮਟੀਰੀਅਲ, ਸਿੱਖ ਇਜ਼ ਏ ਸਿੱਖ ਜੀ। ਗੁਰੂ ਗ੍ਰੰਥ ਸਾਹਿਬ ਵਿਚੋਂ ਨਿਚੋੜ ਕਰਕੇ 5 ਨਾਮ ਦਾ ਸ਼ਬਦ ਕੱਢਿਆ ਸੀਗਾ, ਇਹਨੂੰ ਕਹਿੰਦੇ ਸੰਤਮਨ, ਇਹ ਪੂਰਾ ਨਿਚੋੜ ਕੱਢਿਆ ਗਿਆ। ਜੀ ਬਿਲਕੁਲ, ਮੈਂ ਚਾਹਾਂਗਾ ਕਿ ਅੱਜ ਦੇ ਮੁੱਦੇ ਦੇ ਮੁਤਲਕ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਂਝਾ ਕਰੋ ਸਾਡੇ ਨਾਲ। ਫਿਲਹਾਲ ਮੈਂ ਇੱਕ ਨਿੱਕੇ ਜਿਹੇ ਵਕਫੇ ਲਈ ਰੁਕ ਰਿਹਾ, ਵਕਫੇ ਤੋਂ ਬਾਅਦ ਮੈਂ ਵੇਖ ਪਾ ਰਿਹਾ ਤੁਸੀਂ ਮੈਨੂੰ ਕਾਲ ਕਰ ਰਹੇ ਹੋ, ਮੈਂ ਤੁਹਾਡੀ ਕਾਲਸ ਨੂੰ ਕਿਊ ਦੇ ਵਿੱਚ ਪਾ ਰਿਹਾ ਔਰ ਕੋਸ਼ਿਸ਼ ਕਰਾਂਗਾ ਕਿ ਮੈਂ ਤੁਹਾਡੀ ਕਾਲਸ ਨੂੰ ਬ੍ਰੇਕ ਤੋਂ ਬਾਅਦ ਲਵਾਂਗਾ। ਮੈਂ ਵੇਖ ਪਾ ਰਿਹਾ ਕਿ ਕਈ ਕਾਲਰ ਸਾਰੇ ਜਿਹੜੀ ਕਾਲਸ ਆ ਡਿਸਕਨੈਕਟ ਕਰਦੇ ਨੇ, ਕਾਲਸ ਕਰਦੇ ਨੇ, ਤੁਸੀਂ ਕਾਲ ਕਰਿਆ ਕਰੋ, ਆਈ ਵਿਲ ਪੁੱਟ ਦੈਟ ਕਾਲ ਇਨ ਦਾ ਕਿਊ ਐਂਡ ਆਈ ਵਿਲ ਟਰਾਈ ਡੈਫੀਨੇਟਲੀ ਟੂ ਟੇਕ ਯੂਰ ਕਾਲ ਆਫਟਰ ਦਿਸ ਬ੍ਰੇਕ। ਇੱਕ ਛੋਟੇ ਜਿਹੇ ਵਕਫੇ ਰੁਕ ਰਿਹਾ।